ਅਸਲਾਮ ਵਾਲੇਕੁਮ ਜੀ, ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ ਸਿਰ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ ਨੂੰ ਲੈ ਕੇ ਅੱਜ ਮੈਂ ਪਹੁੰਚਿਆ ਵਾਂ ਇੱਕ ਬਹੁਤ ਇਤਿਹਾਸਿਕ ਜਗ੍ਹਾ ਦੇ ਉੱਤੇ। ਸ਼ਾਇਦ ਸੰਤਾਂ ਖੁਦ ਵੀ ਭੁੱਲ ਚੁੱਕੀਆਂ ਨੇ ਇਸ ਜਗ੍ਹਾ ਦੇ ਮੁਤਲਕ ਜਾਣਨਾ, ਜਾਂ ਮੈਂ ਹੀ ਕਹਾਂਗਾ ਕਿ ਸ਼ਾਇਦ ਬਹੁਤ ਘੱਟ ਲੋਕ ਜਿਹੜੇ ਨੇ ਉਹ ਇਸ ਜਗ੍ਹਾ ਦੇ ਬਾਰੇ 'ਚ ਜਾਣਦੇ ਹੋਣਗੇ। ਲੇਕਿਨ ਇਹ ਜਗ੍ਹਾ ਜੁੜੀ ਹੋਈ ਹੈ ਸਿੱਖ ਪੰਥ ਜਿਹੜਾ ਉਹਦੀਆਂ ਅੱਗੇ ਆਓ। ਸਿੱਖ ਪੰਥ ਦੀ ਜਿਹੜੀ ਛੇਵੀਂ ਮਿਸਲ ਹੈ ਢਲੀਵਾਲਾਂ ਦੀ, ਢਲੀਵਾਲ ਜਿਹੜੇ ਨੇ ਉਹਨਾਂ ਦੀ ਮੈਂ ਜਗ੍ਹਾ 'ਤੇ ਪਹੁੰਚਿਆ ਵਾਂ ਜਿੱਥੇ ਕਿ ਢਲੀਵਾਲ ਸ਼ੁਰੂ ਹੋਏ ਸਨ ਜਿੱਥੋਂ। ਔਰ ਅਗਰ ਤੁਸੀਂ ਕਹੋ ਕਿ ਛੇਵੀਂ ਮਿਸਲ ਜਿਹੜੀ ਹੈ ਆਲੂ ਵਾਲੀਆਂ ਤੋਂ ਬਾਅਦ ਜਿਹੜੀ ਮਿਸਲ ਜਿਹੜੀ ਸੀ ਗੁਰੂ ਸਾਹਿਬ ਨੇ ਔਰਗਨਾਈਜ਼ ਕੀਤੀ ਸੀ ਉਹ ਸਨ ਢਲੀਵਾਲ। ਅਸਲ ਵਿੱਚ ਇਹਦਾ ਬਾਨੀ ਜਿਹੜਾ ਸੀ ਬੂੜਾ ਢਲੀਵਾਲ ਸੀ। ਬੂੜਾ ਢਲੀਵਾਲ, ਮੈਂ ਇਸ ਵੇਲੇ ਲਾਹੌਰ ਤੋਂ ਘੱਟੋ ਘੱਟ 4 ਘੰਟੇ ਦੀ ਡਰਾਈਵ 'ਤੇ ਔਰ ਇਸਲਾਮਾਬਾਦ ਤੋਂ 8.5 ਘੰਟੇ ਦੀ ਡਰਾਈਵ ਦੇ ਉੱਤੇ ਜਿਹੜਾ ਮੈਂ ਖਲੋਤਾ ਹੋਇਆ ਵਾਂ ਈਸਟ ਵਾਲੀ ਸਾਈਡ ਦੇ ਉੱਤੇ। ਬਿਲਕੁਲ ਮੇਰੇ ਨਾਲ ਗੁਰਦਾਸਪੁਰ ਔਰ ਨਾਲ ਹੀ ਬਟਾਲਾ ਤਹਿਸੀਲ ਜਿਹੜੀ ਹੈ ਪੈਂਦੀ ਹੈ, ਔਰ ਮੇਰੇ ਤੋਂ ਮੇਰੇ ਵੈਸਟ ਵਾਲੀ ਸਾਈਡ ਦੇ ਉੱਤੇ ਨਾਰੋਵਾਲ ਹੈ ਔਰ ਡੇਰਾ ਬਾਬਾ ਗੁਰੂ ਨਾਨਕ ਤੋਂ ਇਸ ਵੇਲੇ ਮੈਂ ਤਕਰੀਬਨ 12.5 ਕਿਲੋਮੀਟਰ 'ਤੇ ਹਾਂ। ਔਰ ਅਗਰ ਤੁਸੀਂ ਦੇਖੋ ਤਾਂ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਤੋਂ ਤਕਰੀਬਨ ਵੈਸਟ ਈਸਟ ਵਾਲੀ ਸਾਈਡ ਦੇ ਉੱਤੇ ਮੈਂ ਘੱਟੋ ਘੱਟ ਕੋਈ 16 ਕਿਲੋਮੀਟਰ ਦੇ ਫਾਸਲੇ 'ਤੇ ਹਾਂ। ਗੱਲ ਹੋ ਰਹੀ ਸੀ ਸਿੱਖ ਇਤਿਹਾਸ ਦੇ ਮੁਤਲਕ ਔਰ ਮਿਸਲਾਂ ਦੇ ਮੁਤਲਕ। ਜਿਹੜੀਆਂ ਮਿਸਲਾਂ ਸਨ ਉਸ ਵੇਲੇ ਉਹਨਾਂ ਦੇ ਵਿੱਚੋਂ ਇੱਕ ਬਹੁਤ ਵੱਡਾ ਸਰਦਾਰ ਜਿਹੜਾ ਕਿ ਬਾਨੀ ਸੀ ਇਸ ਜਗ੍ਹਾ ਦਾ, ਜਿਹਦਾ ਨਾਮ ਜਿਹੜਾ ਸੀ ਉਹ ਲਿਆ ਜਾਂਦਾ ਗੁਲਾਬਾ ਖੱਤਰੀ। ਗੁਲਾਬਾ ਖੱਤਰੀ ਜਿਹੜਾ ਉਹ ਇਸ ਜਗ੍ਹਾ ਦੇ ਉੱਤੇ ਪੈਦਾ ਹੋਇਆ ਔਰ ਉਹਨੇ ਬੜਾ ਨਾਮ ਕਮਾਇਆ ਔਰ ਇੱਕ ਪੂਰੀ ਇੱਕ ਮਿਸਲ ਜਿਹੜੀ ਸੀ ਉਹਨੇ ਬਣਾਈ ਸੀ। ਲੇਕਿਨ ਉਸਦੇ ਬਾਰੇ ਬਾਅਦ ਗੱਲ ਕਰਨੇ ਹਾਂ। ਲੇਕਿਨ ਇਸ ਵੇਲੇ ਜਿਹੜਾ ਇੱਥੇ ਦਾ ਪ੍ਰਕਾਸ਼ ਅਸਥਾਨ ਸੀ ਜਿਹੜਾ ਗੁਰਦੁਆਰਾ ਸਾਹਿਬ ਸੀ ਉਹਦੇ ਮੁਤਲਕ ਸੀ ਗੱਲ ਕਰਦੇ। ਇਹ ਜਗ੍ਹਾ ਜਿਹਦੀ ਮੇਨ ਇੰਟਰਸ ਹੈ, ਮੈਂ ਇਸ ਵਕਤ ਜਿਹੜੇ ਸਥਾਨ 'ਤੇ ਖਲੋਤਾ ਹੋਇਆ ਵਾਂ ਇਹ ਡੇਰਾ ਸੰਤਾਂ ਦਾ ਹੈ ਔਰ ਸੰਤਾਂ ਦੇ ਡੇਰੇ ਤੋਂ ਜਿਹੜਾ ਉਹ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇਹ ਪ੍ਰਕਾਸ਼ ਸਥਾਨ ਇਹ ਪਲੇਸ ਸੀ ਜਿਹੜੀ ਕਿ ਜਿਹਨੂੰ ਕਿ ਸੰਤਾਂ ਦੇ ਡੇਰੇ ਤੋਂ ਔਰ ਗੁਰਦੁਆਰਾ ਸਾਹਿਬ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਸੀ। ਕੁਛ ਲੋਕਾਂ ਦੀ ਕੰਟਰੋਵਰਸੀ ਹੈ ਇਹਦੇ ਮੁਤਲਕ ਹੈ ਵੇ ਕਿ ਇਹ ਜਿਹੜੀ ਇਹ ਗੁਲਾਬਾ ਖੱਤਰੀ ਜਿਹੜਾ ਹੈ ਗੁਲਾਬਾ ਖੱਤਰੀ ਦੀ ਸਮਾਧ ਹੈ। ਲੇਕਿਨ ਮੇਰਾ ਨਹੀਂ ਖਿਆਲ ਹੈ ਕਿ ਜਿਹੜੇ ਢਲੀਵਾਲ ਜਿਹੜੇ ਨੇ ਉਹਨਾਂ ਦੀ ਕਿਸੇ ਹਿਸਟਰੀ ਦੇ ਵਿੱਚ ਜਿਹੜੀ ਗੁਲਾਬਾ ਖੱਤਰੀ ਜਿਹੜਾ ਬਾਅਦੋਂ ਗੁਲਾਬ ਸਿੰਘ ਜਿਹੜਾ ਬਣਿਆ ਉਹਦਾ ਕੋਈ ਇਹ ਜਗ੍ਹਾ ਜਿਹੜੀ ਹੈ ਉਹਦੇ ਨਾਲ ਬਿਲੋਂਗ ਕਰਦੀ ਹੋਵੇ। ਲੇਕਿਨ ਜਿਹੜੀ ਇਹ ਬਾਰਾਦਰੀ ਦਾ ਜਿਹੜਾ ਪੂਰਾ ਸਟਾਈਲ ਦਿਖਾਇਆ ਜਾ ਰਿਹਾ ਜਾਂ ਅਸਥਾਨ ਜਿਹੜਾ ਦਿਖਾਇਆ ਜਾ ਰਿਹਾ ਇੱਥੋਂ ਇਹ ਲੱਗਦਾ ਕਿ ਵੀ ਇਹ ਜਗ੍ਹਾ ਜਿਹੜੀ ਹੈ ਇਹ ਰਿਲੀਜੀਅਨ ਪਲੇਸ ਹੈ ਨਾ ਕਿ ਕਿਸੇ ਦੀ ਸਮਾਧ ਹੈ। ਬਾਕੀ ਜਿਹੜੀਆਂ ਮੇਰੀ ਰਿਸਰਚ ਹੈ ਉਹਦੇ ਮੁਤਾਬਕ ਤਾਂ ਉਹਦੇ ਵਿੱਚ ਹੋਣਾ ਜ਼ਰੂਰੀ ਸੀ ਕਿ ਵੀ ਇਹਦੇ ਅੰਦਰ ਜਿਹੜੇ ਨੇ ਘੱਟੋ ਘੱਟ 7 ਦੀਵੇ ਬਾਲਣ ਦੀ ਜਾਂ ਜੋਤ ਜਗਾਉਣ ਦੀ ਜਗ੍ਹਾ ਹੋਣੀ ਚਾਹੀਦੀ ਹੈ। ਲੇਕਿਨ ਇਹਦੇ ਅੰਦਰ ਕੋਈ ਵਾਲ ਆਰਟ ਨਹੀਂ ਹੈ ਔਰ ਨਾ ਹੀ ਇਸ ਦੇ ਅੰਦਰ ਕੋਈ ਐਸੀ ਖਾਸ ਚੀਜ਼ ਜਿਹੜੀ ਹੈ ਜਿਹਨੂੰ ਕਿ ਮੈਂ ਉਹਦੇ ਨਾਲ ਰਿਲੇਟਡ ਕਰਦਾ ਹੋਵਾਂ। ਲੇਕਿਨ ਫਿਰ ਵੀ ਮੈਂ ਤੁਹਾਨੂੰ ਪੰਥ ਦੀ ਜਿਹੜੀ ਹੈ ਛੇਟੀ ਜਿਹੜੀ ਮਿਸਲ ਹੈ ਛੇਵੀਂ ਮਿਸਲ ਜਿਹੜੀ ਹੈ ਉਹਦੀ ਮਤਲਬ ਮੈਂ ਡਿਟੇਲ ਦੱਸਾਂਗਾ ਲੇਕਿਨ ਇਸ ਕਵਰੇਜ ਤੋਂ ਬਾਅਦ। ਸਾਫ਼ ਪਤਾ ਚੱਲ ਰਿਹਾ ਇੱਟ ਜਿਹੜੀ ਹੈ ਉਹ ਨਾਨਕ ਸ਼ਾਹੀ ਲੱਗੀ ਇਹਦੇ 'ਚ ਔਰ ਨਾਨਕ ਸ਼ਾਹੀ ਤੋਂ ਬਾਅਦ ਜਿਹੜੀ ਹੈ ਉੱਤੇ ਜਿਹੜੀ ਗੁਮਟੀ ਹੈ ਇਹ ਤਾਂ ਪਿਓਰਲੀ ਖਾਲਸਾ ਰਾਜ ਆਰਕੀਟੈਕਚਰ ਹੈ ਔਰ ਆਲੇ ਦੁਆਲੇ ਜਿਹੜੇ ਘਰ ਬਣੇ ਹੋਏ ਨੇ ਉਹਨਾਂ ਦੇ ਅੰਦਰ ਵੀ ਛੋਟੀ ਇੱਟ ਦਾ ਹੀ ਇਸਤੇਮਾਲ ਹੈ ਕਿਉਂਕਿ ਇੱਥੇ ਜਿਹੜੇ ਲੋਕ ਨੇ ਖੁਦ ਉਹ ਮਾਈਗ੍ਰੇਟਿਡ ਨੇ, ਉਹਨਾਂ ਨੂੰ ਇਸ ਪਲੇਸ ਦੀ ਹਿਸਟਰੀ ਦੇ ਮੁਤਲਕ ਕੁਛ ਖਾਸ ਇਲਮ ਨਹੀਂ ਹੈ। ਲੇਕਿਨ ਅਗਰ ਤੁਸੀਂ ਕੁਛ ਪੰਨਾ ਖੋਲੋ ਕਨਈਆ ਲਾਲ ਦੀ ਹਿਸਟਰੀ ਆਫ ਪੰਜਾਬ ਦੇ ਵਿੱਚ ਉਹ ਛੇਵੀਂ ਮਿਸਲ ਦਾ ਜਿਹੜਾ ਚੈਪਟਰ ਹੈ ਉਹਦੇ ਵਿੱਚ ਉਹ ਗੂਰੇ ਡੱਲੇ ਦਾ ਜ਼ਿਕਰ ਕਰਦਾ ਔਰ ਇਸਦੀ ਜ਼ਮੀਨ ਦੀ ਜ਼ਰਖੇਸੀ ਦੀ ਗੱਲ ਕਰਦਾ ਔਰ ਜ਼ਿਕਰ ਕਰਦਾ ਗੁਲਾਬਾ ਖੱਤਰੀ ਦੀ। ਬਰਕਫ ਇਹ ਜਿਹੜਾ ਅਸਥਾਨ ਹੈ ਪਵਿੱਤਰ ਅਸਥਾਨ ਜਿਹੜਾ ਜਿਸ ਤਰੀਕੇ ਨਾਲ ਨਜ਼ਰ ਆ ਰਿਹਾ ਨਾ ਤਾਂ ਸਮਾਧ ਦੀ ਸ਼ਕਲ ਤਾਂ ਬਿਲਕੁਲ ਨਹੀਂ ਹੈ ਕਿਉਂਕਿ ਅਗਰ ਗੁਲਾਬਾ ਖੱਤਰੀ ਦੀ ਇਹ ਸਮਾਧ ਹੁੰਦੀ ਤਾਂ ਸ਼ਾਇਦ ਉਹ ਥੋੜ੍ਹੀ ਜਿਹੀ ਛੋਟੀ ਹੁੰਦੀ। ਇਸ ਜਗ੍ਹਾ ਦਾ
ਪ੍ਰਕਾਸ਼ ਅਸਥਾਨ ਜਾਂ ਦੀਵਾਨ ਅਸਥਾਨ ਕਿਹਾ ਜਾ ਸਕਦਾ, ਇਸ ਵਾਸਤੇ ਕਿ ਬਾਕੀ ਦੀ ਜਿਹੜੀਆਂ ਬਿਲਡਿੰਗਾਂ ਨੇ ਉਹ ਹੁਣ ਕਾਫੀ ਤੌਰ ਤੇ ਅਲੋਪ ਹੋ ਚੁੱਕੀਆਂ ਨੇ, ਲੇਕਿਨ ਉਹਨਾਂ ਦਾ ਕੁਛ ਨਾ ਕੁਛ ਹਿੱਸਾ ਜਿਹੜਾ ਇਹ ਦੇਖੋ ਤੁਸੀਂ ਦੀਵਾਰਾਂ ਦੀ ਸੂਰਤ ਦੇ ਵਿੱਚ ਇਹ ਬਾਰੀਕ ਇੱਟ ਦੇ ਨਾਲ ਜਿਹੜਾ ਇਹ ਨਜ਼ਰ ਆ ਰਿਹਾ, ਇਹ ਬਾਰੀਕ ਇੱਟ ਦਾ ਕੰਮ ਨਜ਼ਰ ਆ ਰਿਹਾ। ਔਰ ਉਸ ਤੋਂ ਇਲਾਵਾ ਕਾਫੀ ਘਰਾਂ ਦੇ ਨਾਲ ਨਾਲ ਜਿਹੜਾ ਅਗਰ ਤੁਸੀਂ ਦੇਖੋ ਤੇ ਤੁਹਾਨੂੰ ਉਹ ਇਹਦੇ ਫੁੱਟ ਸਟੈਪਸ ਜਿਹੜੇ ਨੇ ਉਹ ਮਿਲਦੇ ਨੇ। ਇਹ ਦੇਖੋ ਬਕਾਇਦਾ ਤੌਰ ਦੇ ਉੱਤੇ ਹਲੇ ਤੱਕ 3-3 ਫੁੱਟ ਮੋਟੀਆਂ ਦੀਵਾਰਾਂ ਜਿਹੜੀਆਂ ਨੇ ਉਹ ਬਣੀਆਂ ਹੋਈਆਂ ਨੇ। ਇਸ ਤੋਂ ਬਾਅਦ ਇਹ ਜਿਹੜਾ ਕਾਫੀ ਅੱਗੇ ਤੱਕ ਜਾਂਦਾ ਸੀ, ਲੇਕਿਨ ਉੱਥੋਂ ਕਾਫੀ ਜਿਹੜੇ ਲੋਕ ਗੁਰਦਾਸਪੁਰ ਸਾਈਡ ਤੋਂ ਆਏ ਨੇ ਉਹ ਲੋਕ ਇੱਥੇ ਆ ਕੇ ਵਸੇ ਨੇ। ਵੈਸੇ ਤਾਂ ਅਗਰ ਇਸ ਇਲਾਕੇ ਦੀ ਗੱਲ ਕੀਤੀ ਜਾਵੇ ਤਾਂ ਦੀਵਾਨ ਅਸਥਾਨ ਔਰ ਸੰਤਾਂ ਦਾ ਡੇਰਾ ਜਿਹੜਾ ਉਸੇ ਜਗ੍ਹਾ ਦੇ ਉੱਤੇ ਹੀ ਹੁੰਦਾ ਸੀ, ਕਿਉਂਕਿ ਇੱਥੇ ਪੰਜਵੇਂ ਪਾਤਸ਼ਾਹ ਦੇ ਜਿਹੜੇ ਨੇ ਉਹ ਆਸਾਰ ਨੇ ਗੁਰਦੁਆਰਿਆਂ ਦੇ, ਔਰ ਪਹਿਲੀ ਪਾਤਸ਼ਾਹੀ ਦੇ ਨਾਲ ਤਾਂ ਬਹੁਤ ਜ਼ਿਆਦਾ ਤਲਕ ਜਾ ਕੇ ਜੁੜਦੇ ਨੇ। ਲੇਕਿਨ ਅੱਜ ਹੀ ਦੇ ਦਿਨ ਦੇ ਵਿੱਚ ਮੈਂ 7ਵੀਂ ਪਾਤਸ਼ਾਹੀ ਦਾ ਜਿਹੜਾ ਇੱਕ ਗੁਰਦੁਆਰਾ ਹੈ ਉਹ ਮੈਂ ਜਾ ਕੇ ਮਲਕ ਬਾਗ ਦੇ ਕਰੀਬ ਗੱਖਾ ਕੋਟਲੀ ਦੇ ਕੋਲ ਜਾ ਕੇ ਜਿਹੜਾ ਮੈਂ ਉਹ ਦਰਿਆਫਤ ਕੀਤਾ, ਸਾਹਮਣੇ ਲੈ ਕੇ ਆਇਆ ਵਾਂ ਉਹ ਫਸਟ ਟਾਈਮ ਉਹਦੀ। ਔਰ ਇਹ ਵੀ ਦੀਵਾਨ ਅਸਥਾਨ ਜਿਹੜਾ ਉਹ ਮੈਂ ਸਭ ਤੋਂ ਪਹਿਲਾ ਬੰਦਾ ਮੈਂ ਹੋਵਾਂਗਾ ਜਿਹੜਾ ਕਿ ਬੂਰੇ ਡੱਲੇ ਦੇ ਅੰਦਰ ਵੀਡੀਓਗ੍ਰਾਫੀ ਦੇ ਦੇ ਤਰੀਕੇ ਨਾਲ ਮੈਂ ਤੁਹਾਡੇ ਸਾਹਮਣੇ ਜਿਹੜਾ ਇਸ ਅਸਥਾਨ ਨੂੰ ਲੈ ਕੇ ਆਵਾਂਗਾ। ਗੱਲ ਉਹੀ ਆਉਂਦੀ ਹੈ ਕਿ ਹਰ ਅਰੂਜ ਨੂੰ ਜ਼ਵਾਲ ਹੁੰਦਾ ਔਰ ਹਰ ਪਾਸੋਂ ਜਿਹੜਾ ਦਿਨ ਚੜ੍ਹਦਾ ਉਹਨੂੰ ਸ਼ਾਮ ਪੈਂਦੀ ਹੈ ਔਰ ਉਹ ਦਿਨ ਗੁਜ਼ਰ ਜਾਂਦਾ। ਸੇਮ ਕੰਡੀਸ਼ਨ ਦੇ ਨਾਲ ਖਾਲਸਾ ਰਾਜ ਦੇ ਜਿਹੜੇ 48 ਸਾਲ ਸਨ ਉਹਦੇ ਅੰਦਰ ਬਹੁਤ ਜ਼ਿਆਦਾ ਸਾਰੀ ਐਸੀ ਤਰਜ਼ੇ ਤਾਮੀਰ ਕੀਤੀ ਗਈ। ਵੈਸਟ ਪੰਜਾਬ ਵਾਲੀ ਸਾਈਡ ਦੇ ਉੱਤੇ ਬਹੁਤ ਜ਼ਿਆਦਾ ਸਾਰੇ ਲੋਕ ਮੇਰੀ ਗੱਲ ਨਾਲ ਐਗਰੀ ਕਰਦੇ ਨੇ ਔਰ ਬਹੁਤ ਜ਼ਿਆਦਾ ਸਾਰੇ ਲੋਕ ਮੇਰੀ ਗੱਲ ਨਾਲ ਐਗਰੀ ਨਹੀਂ ਕਰਦੇ ਨੇ, ਕਿਉਂਕਿ ਜਦੋਂ ਪਾਕਿਸਤਾਨੀ ਪੰਜਾਬ ਦੀ ਗੱਲ ਹੁੰਦੀ ਹੈ ਜਾਂ ਵੈਸਟ ਪੰਜਾਬ ਦੀ ਗੱਲ ਹੁੰਦੀ ਹੈ ਤਾਂ ਇੱਥੇ ਦਾ ਜਿਹੜਾ ਬੇਸਿਕ ਆਰਕੀਟੈਕਚਰ ਸੀ ਗੁਰਦੁਆਰਾ ਸਾਹਿਬ ਦਾ ਉਹਦੇ ਮੁਤਲਕ ਮੈਂ ਕਾਫੀ ਪ੍ਰੋਗਰਾਮ ਕਰ ਚੁੱਕਿਆ ਪਹਿਲੇ ਵੀ ਔਰ ਕਾਫੀ ਚੀਜ਼ਾਂ ਮੈਂ ਦੱਸ ਸਕਿਆ ਵਾਂ। ਅਗਰ ਮੈਂ ਬਾਰ ਬਾਰ ਕਰਾਂਗਾ ਤਾਂ ਰਿਪੀਟ ਹੁੰਦਾ, ਜਦੋਂ ਕੋਈ ਗੱਲ ਰਿਪੀਟ ਹੁੰਦੀ ਹੈ ਬਾਰ ਬਾਰ ਔਰ ਉਹਦੀ ਵਕਤ ਖਤਮ ਹੋ ਜਾਂਦੀ ਹੈ। ਤਾਂ ਤੁਸੀਂ ਫਿਰ ਦੇਖਦੇ ਰਹੋ ਸੇਵ ਦਾ ਗੁਰਦੁਆਰਾਸ ਐਂਡ ਟੈਂਪਲਸ ਆਫ ਪਾਕਿਸਤਾਨ ਕਲਚਰ ਐਂਡ ਹੈਰੀਟੇਜ ਆਫ ਪੰਜਾਬ ਔਰ ਖਾਲਸਾ ਰਾਜ ਫੁੱਟਸਟੈਪਸ ਇਨ ਪਾਕਿਸਤਾਨ। ਢਲਦੀ ਸ਼ਾਮ ਉਹਨਾਂ ਸੰਗਤਾਂ ਦੇ ਨਾਮ ਜੋ ਕਿ ਵੈਸਟ ਪੰਜਾਬ ਨੂੰ ਛੱਡ ਕੇ ਈਸਟ ਪੰਜਾਬ ਜਾ ਕੇ ਵੱਸ ਗਏ ਸਨ। ਤਮਾਮ ਗੁਰਦੁਆਰਿਆਂ ਦੀ ਤਰ੍ਹਾਂ ਇਹ ਬਾਹਰ ਦੀ ਵਿਸ਼ਾਲ ਦੀਵਾਰ ਉਹਦੇ ਸਟਰੋਂਗ ਜਿਹੜੇ ਫੁੱਟਸਟੈਪਸ ਜਿਹੜੇ ਨੇ ਉਹ 3 ਫੁੱਟ ਤੋਂ ਘੱਟ ਨਹੀਂ ਸੀ ਹੁੰਦੇ, ਕਿਉਂਕਿ ਆਰਕੀਟੈਕਚਰ ਹੀ ਉਸ ਵੇਲੇ ਜਿਹੜਾ ਅਪਰੂਵ ਉਸ ਵੇਲੇ ਕੀਤਾ ਜਾਂਦਾ ਸੀ ਜਦੋਂ ਕਿ ਉਹਦੀ ਮੋਟਾਈ ਘੱਟੋ ਘੱਟ ਜਿਹੜੀ ਹੈ ਉਹ 3 ਫੁੱਟ ਹੁੰਦੀ ਸੀ। ਮੈਂ ਹਾਂ ਤੁਹਾਡਾ ਆਪਣਾ ਹੋਸ ਬਾਬਾ ਜੀ ਔਰ ਤੁਸੀਂ ਦੇਖ ਰਹੇ ਹੋ ਦੀਵਾਨ ਅਸਥਾਨ ਔਰ ਪ੍ਰਕਾਸ਼ ਅਸਥਾਨ ਮੋਜ਼ਾ ਬੂਰਾ ਡੱਲਾ, ਜਿੱਥੋਂ 6ਵੀਂ ਜਿਹੜੀ ਮਿਸਲ ਹੈ ਉਹਦਾ ਆਗਾਜ਼ ਹੁੰਦਾ ਸੀ। ਵੇਖਦੇ ਰਹੋ ਫਿਰ ਖਾਲਸਾ ਰਾਜ ਫੁੱਟਸਟੈਪਸ ਇਨ ਪਾਕਿਸਤਾਨ।